ਅੱਜ ਪਿੰਡ ਪੰਜਾਬ ਦੇ ਅਸੀਂ ਸਾਰੇ ਨਗਰ ਨਿਵਾਸੀ ਇਹ ਪਿੰਡ ਦੀ ਫਿਰਨੀ ਤੇ ਇਕੱਠੇ ਹੋਏ ਆ ਤੇ ਇੱਥੇ ਝੋਨਾ ਲਾਇਆ ਜਾ ਰਿਹਾ ਵੀ ਸਰਕਾਰਾਂ ਨੂੰ ਤਾਂ ਸਾਨੂੰ ਇੱਥੇ ਸਾਰੀਆਂ ਸਰਕਾਰਾਂ ਹੀ ਇਸ ਪਿੰਡ 'ਚੋਂ ਵੋਟਾਂ ਲੈਣ ਵਾਲੇ ਵੀ ਆਈਆਂ ਸੀ ਉਦੋਂ ਵੀ ਇਹ ਵੇਖ ਕੇ ਗਈਆਂ ਵੋਟਾਂ ਲੈ ਵੀ ਗਈਆਂ ਜਿਹੜੀ ਵੋਟ ਆਉਂਦੀਆਂ ਸਾਨੂੰ ਲਾ ਰਹੇ ਲੱਪੇ ਦੇ ਕੇ ਵੋਟਾਂ ਲੈ ਵੀ ਜਾਂਦੀਆਂ ਪਰ ਜਿਹੜੀ ਇਹ ਫਿਰਨੀ ਦਾ ਹੱਲ ਕਿਸੇ ਨੇ ਨਹੀਂ ਕੀਤਾ ਆ ਝੋਨਾ ਕਿਉਂ ਲਾਉਣ ਜਾ ਰਹੇ ਹਾਂ ਵੀ ਚਲੋ ਸੁਣਿਆ ਝੋਨੇ ਦਾ ਭਾਅ ਐਤਕੀ ਮਿਲ ਰਿਹਾ ਕਿਸਾਨਾਂ ਨੂੰ ਅਤੇ ਅਸੀਂ ਸੋਚਿਆ ਵੀ ਝੋਨਾ ਲਾ ਕੇ ਜਿਹੜੀ ਕੋਈ ਇਨਕਮ ਆਊਗੀ ਹੁਣ ਸਰਕਾਰਾਂ ਨੇ ਤਾਂ ਕੁਛ ਕਰਨਾ ਨਹੀਂ ਅਤੇ ਅਸੀਂ ਇਹ ਝੋਨੇ ਤੋਂ ਪੈਸੇ ਵੱਟ ਕੇ ਇਹ ਸੜਕ ਬਣਾ ਲਾਂਗੇ ਇਹ ਹਾਲਾਤ ਨੇ ਸਾਡੇ ਪਿੰਡ 'ਚ ਪੰਜਾਬ ਇਹ ਪਿੰਡ ਦੀ ਕੋਈ ਵੀ ਜੇ ਗਲੀ ਆ ਜੇ ਤਾਂ ਫਿਰਨੀ ਉੱਚੀ ਕਰੋ ਤਾਂ ਪਿੰਡ ਨੀਵਾਂ ਕਰ ਦਿੰਦੇ ਆ ਅਤੇ ਜੇ ਪਿੰਡ ਉੱਚਾ ਕਰੋ ਤਾਂ ਫਿਰਨੀ ਨੀਵੀਂ ਹੋ ਜਾਂਦੀ ਆ ਪਿਛਲੇ 30 ਸਾਲਾਂ ਤੋਂ ਮੇਰੀ 30 ਸਾਲ ਉਮਰ ਆ ਮੈਂ ਤਾਂ ਇਹੀ ਵੇਖਦਾ ਆਇਆ ਵੀ ਜਿਹੜਾ ਵੀ ਬਣਦਾ ਜੇ ਤਾਂ ਪਿੰਡ ਉੱਚਾ ਕਰਤਾ ਤਾਂ ਫਿਰਨੀ ਨੀਵੀਂ ਜੇ ਫਿਰਨੀ ਉੱਚੀ ਕਰਤੀ ਤਾਂ ਪਿੰਡ ਨੀਵਾਂ ਪਰ ਇੱਥੇ ਕਿਸੇ ਸਰਕਾਰ ਨੇ ਇਸ ਚੀਜ਼ ਦਾ ਹੱਲ ਨਹੀਂ ਆ ਕੇ ਸੋਚਿਆ ਲੀਡਰਾਂ ਨੇ ਵੀ ਕਿਉਂ ਨਾ ਆਪਾਂ ਹਾਲੀ ਜਦੋਂ ਸੜਕਾਂ ਨਵੀਆਂ ਬਣਨੀਆਂ ਨੇ ਵੀ ਆਪਾਂ ਇਸ ਤਰੀਕੇ ਨਾਲ ਕਰੀਏ ਵੀ ਇੱਥੇ ਨੌਬਤੀ ਨਾ ਆਵੇ ਜੇ ਸੜਕ ਉੱਚੀ ਕਰ ਦਿਉ ਫਿਰ ਘਰ ਨੀਵੇਂ ਰਹਿ ਜਾਂਦੇ ਫਿਰ ਲੋਕ ਘਰ ਉੱਚਾ ਪਾਉਣ ਲੱਗ ਪੈਂਦੇ ਇਸੇ ਚੀਜ਼ 'ਚ ਹੀ ਅਸੀਂ ਟਾਈਮ ਟਪਾਈ ਜਾਂਦੇ ਹਾਂ ਅਸੀਂ ਸਰਕਾਰਾਂ ਸਾਨੂੰ ਕਹਿੰਦੀਆਂ ਅਸੀਂ ਹਸਪਤਾਲਾਂ ਤੱਕ ਸਕੂਲਾਂ ਤੱਕ ਪਹੁੰਚ ਗਏ ਪਰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਅਸੀਂ ਹਾਲੇ ਤੱਕ ਗਲੀਆਂ ਨਾਲੀ ਇਹ ਪਿੰਡ ਤਾਂ ਗਲੀਆਂ ਨਾਲੀਆਂ ਤੋਂ ਹੀ ਨਹੀਂ ਨਿਕਲਿਆ ਤੁਹਾਨੂੰ ਅਸੀਂ ਉੱਥੇ ਹੀ ਰਹਿ ਗਏ ਹਾਂ ਲੋਕ ਕਹਿੰਦੇ ਨਾ ਅਸੀਂ ਕਈ ਲੋਕ ਕਹਿੰਦੇ ਵੀ ਗਲੀਆਂ ਨਾਲੀਆਂ ਤੋਂ ਬਾਹਰ ਆ ਜਾਓ ਅਸੀਂ ਗਲੀਆਂ ਨਾਲੀਆਂ ਤੋਂ ਬਾਹਰ ਕਿ ਆਈਏ ਸਾਡੇ ਇੱਥੇ ਗੋਡੇ ਗੋਡੇ ਪਾਣੀ ਖੜਦਾ ਆ ਅਸੀਂ ਅੱਜ ਵੀ ਇਸ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਤੱਕ ਹੀ ਬੈਠੇ ਹਾਂ ਧੰਨਵਾਦ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਦੇ ਮੱਲੇ ਵਾਲਿਆਂ ਨੇ ਸਾਰਾ ਇਕੱਠ ਕਰਕੇ ਆ 25-30 ਸਾਲ ਹੋ ਗਏ ਸਾਡੀ ਗਲੀ ਨੂੰ ਇਸ ਤਰ੍ਹਾਂ ਹੀ ਰਹਿੰਦੀ ਹੈ ਹਰ ਵਕਤ ਇਸ ਤਰ੍ਹਾਂ ਰਹਿੰਦੀ ਹੈ ਅਸੀਂ ਅੱਜ ਅੱਕ ਕੇ ਅਸੀਂ ਝੋਨਾ ਲਾਇਆ ਵੀ ਚੱਲ ਸਰਕਾਰ ਸਾਨੂੰ ਕੋਈ MP ਕੋਟੇ 'ਚ ਫੰਡ ਲਿਆ ਕੇ ਦੇਵੇ ਅਸੀਂ ਇਹ ਕੋਈ ਸੜਕ ਦਾ ਵਿਕਾਸ ਕਰ ਦਈਏ ਝੋਨਾ ਵੇਚ ਕੇ ਹੁਣ ਅਸੀਂ ਸਰਕਾਰ ਨੂੰ ਦੇਵਾਂਗੇ ਵੀ ਆ ਲਓ ਜੀ ਸਾਨੂੰ ਕੋਈ ਮਤਾ ਪਾ ਕੇ ਦਿਓ ਅਤੇ ਅਸੀਂ ਪਾ ਕਰੀਏ ਵੇਚੀਏ ਸੜਕ ਬਣਾਈਏ ਸਾਡਾ ਹੱਲ ਕੀਤਾ ਜਾਵੇ ਆ ਨਾਲੀਆਂ ਸਾਡੀਆਂ ਬਣੀਆਂ ਤਾਂ ਨਾਲੀਆਂ ਸਾਡੀਆਂ ਉੱਚੀਆਂ ਬਣੀਆਂ ਸੜਕ ਤੋਂ ਵੀ ਕੋਈ ਨਿਕਾਸੀ ਹੈ ਨਹੀਂ ਗੀ ਕੋਈ ਕੁਛ ਨਹੀਂ ਗਾ ਇੱਥੇ ਬਹੁਤ ਬੁਰੇ ਹਾਲਾਤ ਹੈ ਸਾਡੇ ਪਿੰਡ ਦੇ ਪੰਜਾਬੀ ਮੰਡਲ ਦੇ ਸਾਰੀ ਫਿਰਨੀ ਹੈ ਇਕੱਲੀ ਇੱਥੇ ਨਹੀਂ ਗਾ ਇਹ ਤਾਂ ਅਸੀਂ ਇਕਦਿਆਂ ਨੇ ਕੀਤਾ ਸਾਰੇ ਪਿੰਡ ਦੀ ਫਿਰਨੀ 'ਚ ਇਹ ਹਾਲਾਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੰਜਾਬ ਦੇ ਅਸੀਂ ਸਾਰੇ ਨਗਰ ਨਿਵਾਸੀ ਇਹ ਪਿੰਡ ਦੀ ਫਿਰਨੀ ਤੇ ਇਕੱਠੇ ਹੋਏ ਆ ਤੇ ਇੱਥੇ ਝੋਨਾ ਲਾਇਆ ਜਾ ਰਿਹਾ ਵੀ ਸਰਕਾਰਾਂ ਨੂੰ ਤਾਂ ਸਾਨੂੰ ਇੱਥੇ ਸਾਰੀਆਂ ਸਰਕਾਰਾਂ ਹੀ ਇਸ ਪਿੰਡ 'ਚੋਂ ਵੋਟਾਂ ਲੈਣ ਵਾਲੇ ਵੀ ਆਈਆਂ ਸੀ ਉਦੋਂ ਵੀ ਇਹ ਵੇਖ ਕੇ ਗਈਆਂ ਵੋਟਾਂ ਲੈ ਵੀ ਗਈਆਂ ਜਿਹੜੀ ਵੋਟ ਆਉਂਦੀਆਂ ਸਾਨੂੰ ਲਾ ਰਹੇ ਲੱਪੇ ਦੇ ਕੇ ਵੋਟਾਂ ਲੈ ਵੀ ਜਾਂਦੀਆਂ ਪਰ ਜਿਹੜੀ ਇਹ ਫਿਰਨੀ ਦਾ ਹੱਲ ਕਿਸੇ ਨੇ ਨਹੀਂ ਕੀਤਾ ਆ ਝੋਨਾ ਕਿਉਂ ਲਾਉਣ ਜਾ ਰਹੇ ਹਾਂ ਵੀ ਚਲੋ ਸੁਣਿਆ ਝੋਨੇ ਦਾ ਭਾਅ ਐਤਕੀ ਮਿਲ ਰਿਹਾ ਕਿਸਾਨਾਂ ਨੂੰ ਅਤੇ ਅਸੀਂ ਸੋਚਿਆ ਵੀ ਝੋਨਾ ਲਾ ਕੇ ਜਿਹੜੀ ਕੋਈ ਇਨਕਮ ਆਊਗੀ ਹੁਣ ਸਰਕਾਰਾਂ ਨੇ ਤਾਂ ਕੁਛ ਕਰਨਾ ਨਹੀਂ ਅਤੇ ਅਸੀਂ ਇਹ ਝੋਨੇ ਤੋਂ ਪੈਸੇ ਵੱਟ ਕੇ ਇਹ ਸੜਕ ਬਣਾ ਲਾਂਗੇ ਇਹ ਹਾਲਾਤ ਨੇ ਸਾਡੇ ਪਿੰਡ 'ਚ ਪੰਜਾਬ ਇਹ ਪਿੰਡ ਦੀ ਕੋਈ ਵੀ ਜੇ ਗਲੀ ਆ ਜੇ ਤਾਂ ਫਿਰਨੀ ਉੱਚੀ ਕਰੋ ਤਾਂ ਪਿੰਡ ਨੀਵਾਂ ਕਰ ਦਿੰਦੇ ਆ ਅਤੇ ਜੇ ਪਿੰਡ ਉੱਚਾ ਕਰੋ ਤਾਂ ਫਿਰਨੀ ਨੀਵੀਂ ਹੋ ਜਾਂਦੀ ਆ ਪਿਛਲੇ 30 ਸਾਲਾਂ ਤੋਂ ਮੇਰੀ 30 ਸਾਲ ਉਮਰ ਆ ਮੈਂ ਤਾਂ ਇਹੀ ਵੇਖਦਾ ਆ ਵੀ ਜਿਹੜਾ ਵੀ ਬਣਦਾ ਜੇ ਤਾਂ ਪਿੰਡ ਉੱਚਾ ਕਰਤਾ ਤਾਂ ਫਿਰਨੀ ਨੀਵੀਂ ਜੇ ਫਿਰਨੀ ਉੱਚੀ ਕਰਤੀ ਤਾਂ ਪਿੰਡ ਨੀਵਾਂ ਪਰ ਇੱਥੇ ਕਿਸੇ ਸਰਕਾਰ ਨੇ ਇਸ ਚੀਜ਼ ਦਾ ਹੱਲ ਨਹੀਂ ਆ ਕੇ ਸੋਚਿਆ ਲੀਡਰਾਂ ਨੇ ਵੀ ਕਿਉਂ ਨਾ ਆਪਾਂ ਹਾਲੀ ਜਦੋਂ ਸੜਕਾਂ ਨਵੀਆਂ ਬਣਨੀਆਂ ਨੇ ਵੀ ਆਪਾਂ ਇਸ ਤਰੀਕੇ ਨਾਲ ਕਰੀਏ ਵੀ ਇੱਥੇ ਨੌਬਤੀ ਨਾ ਆਵੇ ਜੇ ਸੜਕ ਉੱਚੀ ਕਰ ਦਿਉ
ਫਿਰ ਘਰ ਨਹੀਂ ਵੇ ਰਹਿ ਜਾਂਦੇ, ਫਿਰ ਲੋਕ ਘਰ ਉੱਚਾ ਪਾਉਣ ਲੱਗ ਪੈਂਦੇ। ਇਸੇ ਚੀਜ਼ 'ਚ ਅਸੀਂ ਟਾਈਮ 'ਚ ਪਾਈ ਜਾਂਦੇ ਹਾਂ। ਅਸੀਂ ਸਰਕਾਰਾਂ ਸਾਨੂੰ ਕਹਿੰਦੀਆਂ ਅਸੀਂ ਹਸਪਤਾਲਾਂ ਤੱਕ ਸਕੂਲਾਂ ਤੱਕ ਪਹੁੰਚ ਗਏ, ਪਰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਅਸੀਂ ਹਾਲੇ ਤੱਕ ਗਲੀਆਂ ਨਾਲੀ, ਇਹ ਪਿੰਡ ਤਾਂ ਗਲੀਆਂ ਨਾਲੀਆਂ ਤੋਂ ਹੀ ਨਹੀਂ ਨਿਕਲਿਆ, ਤੁਹਾਨੂੰ ਅਸੀਂ ਉੱਥੇ ਹੀ ਰਹਿ ਗਏ ਹਾਂ। ਲੋਕ ਕਹਿੰਦੇ ਨਾ ਅਸੀਂ, ਕਈ ਲੋਕ ਕਹਿੰਦੇ ਵੀ ਗਲੀਆਂ ਨਾਲੀਆਂ ਤੋਂ ਬਾਹਰ ਆ ਜਾਓ, ਅਸੀਂ ਗਲੀਆਂ ਨਾਲੀਆਂ ਤੋਂ ਬਾਹਰ ਕਿਹਾ ਜੀ, ਸਾਡੇ ਇੱਥੇ ਗੋਡੇ ਗੋਡੇ ਪਾਣੀ ਖੜਦਾ ਆ, ਅਸੀਂ ਅੱਜ ਵੀ ਇਸ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਤੱਕ ਹੀ ਬੈਠੇ ਹਾਂ। ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਦੇ ਮੁਹੱਲੇ ਵਾਲਿਆਂ ਨੇ ਸਾਰਾ ਕੱਟ ਕਰਕੇ ਆ, 25-30 ਸਾਲ ਹੋ ਗਏ ਸਾਡੀ ਗਲੀ ਨੂੰ ਇਸ ਤਰ੍ਹਾਂ ਹੀ ਰਹਿੰਦੀ ਹੈ, ਹਰ ਵਕਤ ਇਸੇ ਤਰ੍ਹਾਂ ਹੀ ਰਹਿੰਦੀ ਹੈ। ਅਸੀਂ ਅੱਜ ਅੱਕ ਕੇ ਅਸੀਂ ਝੋਨਾ ਲਾਇਆ ਵੀ ਚੱਲ ਸਰਕਾਰ ਸਾਨੂੰ ਕੋਈ MP ਕੋਟੇ 'ਚੋਂ ਫੰਡ ਲਿਆ ਕੇ ਦੇਵੇ, ਅਸੀਂ ਇਹ ਕੋਈ ਸੜਕ ਦਾ ਵਿਕਾਸ ਕਰ ਦਈਏ। ਝੋਨਾ ਵੇਚ ਕੇ ਹੁਣ ਅਸੀਂ ਸਰਕਾਰ ਨੂੰ ਦੇਵਾਂਗੇ ਵੀ ਆ ਲਓ ਜੀ ਸਾਨੂੰ ਕੋਈ ਮਤਾ ਪਾ ਕੇ ਦਿਓ ਅਤੇ ਅਸੀਂ ਪਾ ਕਰੀਏ ਵੇਚੀਏ, ਸੜਕ ਬਣਾਈਏ, ਸਾਡਾ ਹੱਲ ਕੀਤਾ ਜਾਵੇ। ਆਹ ਨਾਲੀਆਂ ਸਾਡੀਆਂ ਬਣੀਆਂ ਤਾਂ ਨਾਲੀਆਂ ਸਾਡੀਆਂ ਉੱਚੀਆਂ ਬਣੀਆਂ, ਸੜਕ ਤੋਂ ਵੀ ਕੋਈ ਨਿਕਾਸੀ ਹੈ ਨਹੀਂ ਗੀ, ਕੋਈ ਕੁਛ ਨਹੀਂ ਗਾ। ਇੱਥੇ ਬਹੁਤ ਬੁਰੇ ਹਾਲਾਤ ਹੈ ਸਾਡੇ ਪਿੰਡ ਦੇ, ਪੰਜਾਬੀ ਮੰਡਲ ਦੇ ਸਾਰੀ ਫਿਰਨੀ ਹੈ, ਇਕੱਲੀ ਇੱਥੇ ਨਹੀਂ ਗਾ, ਇਹ ਤਾਂ ਅਸੀਂ ਇਕਦਿਆਂ ਨੇ ਕੀਤਾ, ਸਾਰੇ ਪਿੰਡ ਦੀ ਫਿਰਨੀ 'ਚ ਇਹ ਹਾਲਾਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।